थिएटर जंक्शन ते पावांगे इस नूं भी उन्ना ही प्यार दिओ टीजे म्यूजिक अड्डे चैनल बनावांगे आ गाणा दा थिएटर जंक्शन ते पावांगे ते जिन्ने भी मेरे वीर भाई गाने करी बैठे ने कोई गाने नहीं लैंदा उन्हां दे भी जाने के चैनलां ते नहीं पाउंदा है ना ਬਣਾਵਾਂਗੇ ਤਾਂ ਸਾਨੂੰ ਵੱਧ ਤੋਂ ਵੱਧ ਗਾਣੇ ਭੇਜੋ ਜਿਹੜੇ ਵੀ ਤੁਸੀਂ ਗਾਣੇ ਕਰ ਰੱਖੇ ਨੇ ਆਪਾਂ ਤੁਹਾਨੂੰ ਜਵਾਬ ਨਹੀਂ ਦਿੰਦੇ ਤੁਹਾਡੇ ਗਾਣੇ ਲਵੇ ਲਾਉਣੇ ਪਿੰਡਾਂ ਦੇ ਵਿੱਚ ਜਿੰਨੇ ਵੀ ਆਰਟਿਸਟ ਨੇ ਕੋਈ ਗਾਉਣ ਵਾਲਾ ਕੋਈ ਲਿਖਣ ਵਾਲਾ ਕੋਈ ਵਜਾਉਣ ਵਾਲਾ ਆ ਜਾਓ ਕਰਾ ਮੇਰੇ ਵੀਰ ਆ ਜਾਓ ਕਰਾ ਹਾਂਜੀ ਹਾਂਜੀ ਆ ਜਾਓ ਬਾਈ ਨਾ ਕਰੇ ਕੀ ਗੜਬੜ ਹੋ ਗਈ ਹੁਣ ਗੜਬੜ ਕੀ ਦੱਸਾਂ ਪੁੱਤ ਕੇਲਿਆਂ ਦੀ ਗੱਲ ਦੀ ਲੈ ਪਹਿਲਾਂ ਕੀ ਕੇਲਿਆਂ ਦੀ ਗੱਲ ਹੁੰਦੀ ਉਹੀ ਨਿਆਣਿਆਂ ਵਾਲੀ ਗੱਲ ਕਰਤੀ ਫਰਜ਼ ਕਰੋ ਕੱਲ ਨੂੰ ਤੂੰ ਜਾਣਾ ਹੈ ਕੁੜੀ ਦੇ ਘਰੇ ਕੇਲੇ ਤਾਂ ਭੈਣ ਦੇ ਖਾਸ ਮਦਲ ਲੈ ਕੀ ਨਹੀਂ ਜਾਣੇ ਬਾਈ ਇਹ ਤਾਂ ਲਕੀਰ ਕਰ ਦੋ ਜੇ ਬਾਈ ਤੁਹਾਡੇ ਕੇਲੇ ਆ ਗਏ ਇਹਨਾਂ ਦੇ ਘਰੇ ਤੇਰੀ ਕੁੜੀ ਉਰੇ ਹੂ ਇਹਨਾਂ ਦੇ ਘਰੇ ਕੇਲੇ ਹੋਣਗੇ ਬਸ ਠੀਕ ਬੀਪੀ ਘਟਿਆ ਲੱਗਦਾ ਕਿਉਂ ਕਿਸੇ ਗੱਲ ਦੀ ਟੈਨਸ਼ਨ ਆ ਕੋਈ ਟੈਨਸ਼ਨ ਤਾਂ ਨਹੀਂ ਹੈਗੀ ਡਾਕਟਰ ਟੀਕਾ ਟੂਕਾ ਲਾ ਦਿੰਦੇ ਕੋਈ ਟੀਕਾ ਕਿੰਨੇ ਦਾ ਟੀਕਾ 70 ਰੁਪਏ ਦਾ ਗੋਲੀ ਕਿੰਨੇ ਦੀ ਆ ਗੋਲੀ 5 ਰੁਪਏ ਦੀ ਆ ਫਿਰ ਗੋਲੀ ਹੋਈ ਦੇ ਦੇ 70 ਰੁਪਏ ਤਾਂ ਬਾਲੇ ਨੇ ਉਹ ਬਾਪੂ ਤੂੰ ਟੀਕਾ ਲਵਾ ਲੈ ਅੱਛੇ ਦੀ ਠੀਕ ਹੋ ਜਾਏਗਾ ਨਾ ਪੁੱਤ ਕਿੱਥੇ ਲਾਵਾਂਗੇ ਇੰਨੇ ਪੈਸੇ ਪਹਿਲਾਂ 37,000 ਦਾ ਘਾਟਾ ਪੈ ਗਿਆ ਟੀਕੇ ਨਾਲ ਛੇਤੀ ਠੀਕ ਹੋ ਜਾਏਗਾ ਕੋਈ ਨਾ ਮੈਂ ਤਾਂ ਲੇਟ ਹੀ ਠੀਕ ਹੋ ਜਾਊਂਗਾ ਮੈਨੂੰ ਗੋਲੀ ਦੇ ਜਾ ਚੱਲ ਫਿਰ ਗੋਲੀ ਦੇ ਲੈ ਫਿਰ ਹੋਰ ਇੱਕ ਨਾਲ ਠੀਕ ਨਾ ਹੋਏ ਫਿਰ ਕੋਈ ਨਾ ਹੋ ਜਾਊਂਗਾ ਬਥੇਰਾ ਗੋਲੀ ਹਾਏ ਖੜਾ ਕਰਤੇ ਮੇਰੇ ਆ ਸਾਲਾ ਤੇਰੇ ਕੰਡੇ ਬੀਜੇ ਹੋਏ ਨੇ ਡਾਕਟਰ ਸਾਹਿਬ ਇਹ ਗੋਲੀ ਕਾਹਦੇ ਨਾਲ ਲੈਣੀ ਆ ਗੋਲੀ ਪਾਣੀ ਨਾਲ ਲੈਣੀ ਹੋਰ ਕੀ ਜਲ ਜੀਰੇ ਨਾਲ ਲੈਣੀ ਆ ਅੱਛਾ ਹਾਂ ਚੱਬ ਕੇ ਲੈਣੀ ਕਾ ਚੱਬ ਕੇ ਨਹੀਂ ਲੈਣੀ ਗੋਲੀ ਹਾਂ ਚੂਸ ਲਈ ਗੋਲੀ ਅੱਛਾ ਹਾਂ ਸੂਮਾ ਵਾਸਤੇ ਵੀ ਠੀਕ ਰਹਿੰਦੀ ਆ ਅੱਛਾ ਹਾਂ 5-7 ਦਿਨ ਚੱਲ ਜੂ ਠੀਕ ਹੈ ਆਹੋ ਤੇ 5 ਰੁਪਏ ਦੇ ਦੋ ਹਣਾ 5 ਰੁਪਏ ਲਿਖ ਲਈ ਫਿਰ ਦੇ ਦਾਂਗੇ ਠੀਕ ਆ ਰਹਿ ਗਏ ਸੂਮ ਦੇ ਸੂਮ ਚੰਗਾ ਜੀ ਤਾਂ ਪਾਣੀ ਲੈ ਕੇ ਆਉਏ ਮਾੜੀ ਮੋਟੀ ਸੋਚ ਨਹੀਂ ਹੈਗੀ ਮੋਟਰਸਾਈਕਲ ਚੱਕਿਆ ਗਿਆ ਮਾੜਾ ਮੋਟਾ ਕੋਈ ਹੱਲ ਹੀ ਕਰ ਲੇ ਕਰਮ ਤਾਂ ਮੇਰੇ ਮਾੜੇ ਨੂੰ ਆਈ 37,000 ਦਾ ਘਾਟਾ ਮੈਂ ਤਾਂ ਨਹੀਂ ਕਦੇ ਜ਼ਿੰਦਗੀ 'ਚ ਖਾਧਾ ਸੀ ਓਏ ਮੈਂ ਤਾਂ 25-25 ਜੋੜੀ ਦੀ ਮੇਰਾ ਸਾਲਾ ਹੁਣ ਅਸੀਂ ਵਗ ਜੂ 37,000 ਹਾਏ ਓਏ ਰੱਬਾ ਬੈਰੀਆ ਉਦੋਂ ਤਾਂ ਹੀ ਚੱਕ ਲੈਂਦਾ 37,000 ਦਾ ਘਾਟਾ ਕਿਵੇਂ ਪੂਰਾ ਕਰ ਲੈ ਆ ਭਾਈ ਪਾਣੀ ਪੁੱਤਾ ਲੈ ਬਾਪੂ ਪਾਣੀ ਆਪ ਨਹੀਂ ਲੈ ਕੇ ਆ ਦੇਖ ਲਾ ਤੈਨੂੰ ਕਹਿਤਾ ਹਾਏ ਹਜੇ ਤਾਂ 70 ਰੁਪਏ ਦਾ ਟੀਕਾ ਲਾਉਂਦਾ ਸੀ ਮੈਂ 37,000 70 ਰੁਪਏ ਹੋ ਜਾਣਗੇ ਭਾਈ ਕਿੱਥੋਂ ਦਿੱਤੇ ਜਾਂਦੇ ਨੇ ਪਾਪੇ ਫੇਰ ਕੀ ਹੋ ਗਿਆ 36,000 ਦੀ ਤਾਂ ਗੱਲ ਆ ਆ ਲੋਕਾਂ ਦੇ ਕੰਪਨੀਆਂ 1.5-1.5 ਲੱਖ ਰੁਪਏ ਲੈ ਕੇ ਭੱਜ ਗਈਆਂ ਫੇਰ ਕਿਉਂ ਮਰ ਜਾਂਦੇ ਨੇ ਭਈ ਐ ਫਿਰ ਹੁਣ ਕਿੱਥੇ ਦਿੱਤਾ ਜਾਂਦਾ 37,000 ਕਿਸੇ ਦਾ ਦਿਲ ਪਤਲਾ ਹੁੰਦਾ ਕਿਸੇ ਦਾ ਐ ਹੁਣ ਐਡੀਆਂ ਐਡੀਆਂ ਫੈਕਟਰੀਆਂ ਨੂੰ ਅੱਗ ਲੱਗ ਜਾਂਦੀ ਆ ਇੰਨਾ ਤਾਂ ਉਹ ਨਹੀਂ ਸੋਚਦੇ ਮੈਂ ਥੋੜੀ ਭਾਈ ਹੋਇਆ ਚੱਲਿਆ ਜਾਂਦਾ 37,000 ਤਾਂ ਮੇਰੋ ਨਾ ਖਾਨੂ ਆ ਆ ਤੇਰੇ ਕੰਜੂਸ ਪਣੇ ਕਰਕੇ ਨਾ ਮੇਰੀ ਸੱਸ ਮੇਰੇ ਨਾਲ ਲੜਦੀ ਰਹਿੰਦੀ ਆ ਜਾਂਦਾ ਹੋਇਆ ਮੇਰੇ ਕੋਲ ਤੂੰ 6 ਕੇਲੇ ਲੈ ਕੇ ਗਿਆ ਜੇ 6 ਹੋਰ ਲੈ ਜਾਂਦਾ ਕੀ ਹੋ ਜਾਂਦਾ ਮੈਂ ਕਾਹਨੂੰ ਆਂਦੀ ਇੱਥੇ ਭਾਈ 6 ਕੇਲੇ ਥੋੜੇ ਰੁਪਈਆਂ ਦੇ ਦੀਗੇ 30 ਰੁਪਈਆਂ ਦੇ ਕੇਲੇ ਦੀਗੇ ਸੇ ਉਧਰ ਜਮਾ ਹੀ ਕੰਜੂਸ ਤੂੰ ਐ ਤੇ ਉਧਰ ਜਮਾ ਹੀ ਕੰਜੂਸ ਮੇਰੀ ਸੱਸ ਐ ਉਹਨੇ ਮੈਨੂੰ ਖਾਣ ਨੂੰ ਨਹੀਂ ਦਿਆ ਮੈਂ ਆਪੇ ਲੱਤ ਨਹੀਂ ਦਿੰਦਾ ਹੁਣ ਉੱਥੇ ਨਾ ਮੈਂ ਆਵਾਂ ਨਾ ਮੈਂ ਜਾਵਾਂ ਨਾਲੇ ਅਗਲੇ ਦੇ ਲੈ ਕੇ ਜਾਵੇ ਨਾਲੇ ਫੇਰ ਨੂੰ ਗੋਚਾਂ ਕਰਦੇ ਨੇ ਗਾਹ ਨੂੰ ਭਾਈ ਲੀਲੂ ਬੇਰੀ ਲੈ ਜਾ ਕਰਾਂਗੇ ਤੋ ਮਾਰ ਕੇ ਟਾਂਗਾ ਬੇਰੀ ਤੋਂ 36,000 ਤਾਂ ਜਿਹੜਾ ਦੇਣਾ ਦੇਣਾ ਹੀ ਆ ਹੁਣ ਜੇ ਤੂੰ ਇਦਾਂ ਸੋਚੀ ਗਿਆ ਮੈਨੂੰ ਲੱਗਦਾ 36 ਤੋਂ ਜ਼ਿਆਦਾ ਤੇਰੇ ਤੇ ਲੱਗ ਜੂਗਾ ਭਾਈ 36,000 ਰੁਪਏ ਕਿਹੜਾ ਹੀ ਬਣਦਾ ਮੈਂ ਤਾਂ ਠਾਨੀ ਕਰਕੇ ਜੋੜਦਾ ਮੈਂ ਤਾਂ ਉਧਾਰ ਮੈਸ ਲਈ ਤੀਗੀ ਧਾਰੇ ਤੇ ਮੈਂ ਕੁਛ ਬਣ ਜੂ ਮੈਨੂੰ ਲੱਗਦਾ ਮੈਸ ਵਾਲੇ ਉਧਰ ਹੀ ਜਾਣਗੇ ਚੱਲ ਪਾਪੇ ਫਿਰ ਕੀ ਹੋ ਗਿਆ ਹੁਣ ਹੋਵੇ ਨਾ ਭਾਈ ਕੁਛ ਕਿੰਨਾ ਕੁਛ ਤਾਂ ਹੋਗਾ 36,000 ਦੇਖ ਲੈ ਜੋੜ ਕੇ ਦੇਖ ਲੈ ਮੇਰੇ ਸਾਹਿਬ ਦੀ ਠੀਕਰੀ ਇਕੱਠੀ ਨਹੀਂ ਹੁੰਦੀ 37,000 ਰੁਪਏ ਕਿੱਥੇ ਇਕੱਠੇ ਕਰਾਂਗੇ ਫਿਰ ਹੁਣ ਆਪਾਂ ਨੇ ਕਿਹੜਾ ਉਹ ਜਾਣ ਕੇ ਚਕਾਇਆ ਦੱਸ ਜੇ ਹੁਣ ਚੋਰ ਲੈ ਗਿਆ ਆਪਾਂ ਕੀ ਚੋਰ ਦੇ ਮੇਰੇ ਸਾਹਿਬ ਮੈਂ ਮੂਤਣ ਪਾ ਕੇ ਆਦੀ ਭਾਈ ਚਲ ਤੂੰ ਬਾਥਰੂਮ ਪਾ ਕੇ ਤੇ ਉਹ ਮੇਰਾ ਸਾਲਾ ਉਹਦਾ ਖੜ ਜਾਂਦਾ ਮੋਟਰਸਾਈਕਲ ਲਵੇ ਫਿਰ ਆਪਾਂ ਨੂੰ ਕਿਹੜਾ ਉਹਨੇ ਚਕਾਇਆ ਚੱਲ ਹੁਣ ਅੱਗੇ ਦੇਖ ਖਬਰ ਪਤਾ ਨਹੀਂ ਕੌਣ ਲੈ ਗਿਆ ਮੈਂ ਤਾਂ ਥਾਣੇ 'ਚ 9 ਤਰ ਕੇ ਆਉਣਾ ਭਾਈ ਰੈਪਟਰ ਲਿਖਾਉਣਾ ਮੈਂ ਤਾਂ
ਮੈਂ ਤਾਂ ਅਮਰੀਕ ਹੌਲਦਾਰ ਆ ਮੈਂ ਤਾਂ ਉਹਨੂੰ ਕਹਿਣਾ ਵੀ ਪੈਸਾ ਡਾ ਲਿਖ ਪਾਪੇ ਜਿਹੜੇ 4 ਕੁ ਪੈਸੇ ਰਹਿ ਗਏ ਹੋ ਤੁਸੀਂ ਥਾਣੇ ਦੇ ਆਓਗੇ ਹੁਣ ਕੋਈ ਨਹੀਂ ਭਾਈ ਥਾਣੇ ਚੱਲੇ ਨੇ ਭਗਵੰਤ ਮਾਨ ਦੀ ਸਰਕਾਰ ਆਪ ਦਾ ਰਿਪੋਰਟ ਲਿਖਿਆ ਕੇ ਸਾਰਾ ਕੁਝ ਵੀ ਭਾਈ ਸਾਡਾ ਮੋਟਰਸਾਈਕਲ ਚੱਕਿਆ ਗਿਆ ਉਹਨੂੰ ਮਾਰ ਹੱਕ ਪਈ ਕਿੱਥੇ ਆ ਮੁੰਡਾ ਮੈਂ ਬੁਲਾਨੀ ਆ ਪਾਣੀ ਪੀ ਕੇ ਪੈ ਜਾ ਦੋ ਘੜੀ ਮੈਂ ਬੁਲਾਨੀ ਆ ਕਿੱਥੇ ਨੀਂਦ ਆਉਂਦੀ ਆ ਭਾਈ ਮੈਨੂੰ ਘਾਟਾ ਪੈ ਗਿਆ ਓਏ ਮੁੰਡਿਆ ਮੇਰੇ ਪਾਪਾ ਬੁਲਾ ਰਿਹਾ ਤੈਨੂੰ ਓ ਮੇਰੇ ਸਾਲੇ ਆ ਜਾ ਉਰੇ ਆ ਜਾ ਲੈ ਲਾ ਸਾਰਾ ਅੱਖਾਂ ਮੀਚੀ ਫਿਰਦਾ ਆ ਗਿਆ ਆਏ ਓਏ ਕਿਹਨੇ ਚੱਕ ਲਿਆ ਉਹ ਤੇਰਾ ਬੈਜੇ ਬੇੜਾ ਜੀ ਨੇ ਚੱਕਿਆ ਮਤਲਬ ਕਹਿਣਾ ਝੋਲੀਆ ਭਰ ਕੇ ਬੇੜਾ ਡੁੱਬੇ ਉਹ ਕਿਉਂ ਬਾਪੂ ਗਾਲਾਂ ਕੱਢੀ ਜਾਂਦਾ ਹੁਣ ਦਵਾਈ ਲੈ ਲਈ ਉਹ ਦਵਾਈ 70,000 ਦਾ ਮੋਟਰਸਾਈਕਲ ਦੀ ਮੇਰਾ ਸਾਲਿਆ ਕਿਵੇਂ ਦੇਵਾਂਗੇ ਰੁਪਈਏ ਮੈਂ ਤਾਂ ਕਦੋਂ ਇੰਨੀ ਚੁੰਡੀ ਬੜਾਈ ਦੀ ਕਿਸੇ ਤੋਂ ਆਹੋ ਫਿਰ ਮੂੰਹ ਤੂੰ ਵੀ ਤੈਨੂੰ ਹੀ ਆਇਆ ਸੀਗਾ ਉੱਥੇ ਮੇਰੀ ਗੱਲ ਸੁਣ ਥਾਣੇ 'ਚ ਚੱਲ ਮੇਰੇ ਨਾਲ ਰਿਪੋਰਟ ਲਿਖਿਆ ਕੇ ਆਈਏ ਥਾਣੇ 'ਚ ਕਾਹਦੇ ਵਾਸਤੇ ਜਾਣਾ ਨਾ ਮੈਂ ਤਾਂ ਲਿਖਿਆ ਕਿਉਂ ਕਿਉਂ ਵੀ ਭਾਈ ਸਾਡਾ ਮੋਟਰਸਾਈਕਲ ਚੱਕਿਆ ਗਿਆ ਜਿਹਨੇ ਚੱਕਿਆ ਪੁੜੇ ਕੁੱਟੋ ਸਮਾਰ ਕੇ ਮੇਰੇ ਸਾਹਮਣੇ ਫਿਰ ਉਹ ਕਿਹੜਾ ਦੇਖ ਲੈਣਗੇ ਉਹਨਾਂ ਨੂੰ ਕੀ ਪਤਾ ਕਿਹਨੇ ਚੁਕਾਇਆ ਗਾ ਲੈ ਸਾਰਾ ਪੇ ਤਾਂ ਉਹਨਾਂ ਨੂੰ ਸਭ ਪਤਾ ਲੱਗੂ ਉਹਨਾਂ ਨੂੰ ਉਹ ਬਾਪੂ ਤੂੰ ਆਰਾਮ ਕਰ ਲੈ ਤੇਰਾ ਬੀਪੀ ਘਟਿਆ ਹੋਇਆ ਬਹਿ ਜਾ ਬਾਪੂ ਮੈਂ ਨਹੀਂ ਬਹਿਦਾ ਉਹ ਮੈਂ ਤਾਂ ਚੱਲਿਆ ਨਹੀਂ ਜਾਂਦਾ ਉਹ 70,000 ਦਾ ਮੋਟਰਸਾਈਕਲ ਉਹ ਕੋਈ ਨਹੀਂ ਬਾਪੂ ਕੋਈ ਨਹੀਂ ਕੋਈ ਨਹੀਂ ਆਓ ਮੇਰੇ ਟੀਕਾ ਲਵਾ ਦਿਓ ਮੈਨੂੰ ਮਾਰ ਦਿਓ ਉਹ ਤਾਂ ਕਿਹਾ ਤਾਂ ਹੈਗਾ ਜੀ ਟੀਕਾ ਲਵਾ ਲਾ ਉਹ ਕਹਿੰਦਾ ਮੈਨੂੰ ਗੋਲੀ ਦੇ ਦੇ ਓਏ ਉਹ ਨਹੀਂ ਮੇਰੇ ਸਾਲਿਆ ਉਹ ਤਾਂ ਬਲੱਡ ਦਾ ਤੇ ਉਹ ਚੱਲ ਚੰਗਾ ਬਾਪੂ ਤੂੰ ਪੈ ਜਾ ਯਾਰ ਉਹ ਪੁੱਤ ਮੈਥੋਂ ਕਿੱਥੇ ਪਿਆ ਜਾਂਦਾ ਤੂੰ ਮੇਰੇ ਨਾਲ ਥਾਣੇ 'ਚ ਚੱਲ ਰਿਪੋਰਟ ਲਿਖਿਆ ਕੇ ਆਈਏ ਆਪਾਂ ਉਹ ਬਾਪੂ ਤੂੰ ਥਾਣੇ ਕੀ ਕਰੇਗਾ ਯਾਰ ਤੂੰ ਬੁੜਾ ਠੇ ਦਾ ਬੰਦਾ ਤੇ ਉੱਥੇ 100 ਸਵਾਲ ਪੁੱਛਣਗੇ ਨਾਲ ਤੂੰ ਪਹਿਲਾਂ ਹੀ ਬਿਮਾਰ ਹੈ ਤੇਰਾ ਬੀਪੀ ਲੋ ਹੋਇਆ ਹੋਇਆ ਹੈਗਾ ਕਿਉਂ ਮੈਂ ਤਾਂ ਜਾਊਂਗਾ ਭਾਈ ਮੈਂ ਲਿਖਿਆ ਕੇ ਆਊਂਗਾ ਰਿਪੋਰਟ ਓਏ ਬਾਪੂ ਉਹ ਪੜ੍ਹੇ ਲਿਖਿਆਂ ਦਾ ਕੰਮ ਆ ਮੈਂ ਉੱਥੇ ਜਾ ਕੇ ਰਿਪੋਰਟ ਲਿਖਾਇਆ ਨਾ ਮੈਨੂੰ ਸਭ ਪਤਾ ਵੀ ਉੱਥੇ ਕਿਵੇਂ ਕੀ ਗੱਲ ਕਰਨੀ ਹੈਗੀ ਠੀਕ ਆ ਤੂੰ ਜਾ ਬੈਂਕ ਬੈਂਕ 'ਚ ਜਾ ਕੇ ਪੈਸੇ ਕਢਾ ਕੇ ਲਿਆ ਠੀਕ ਆ ਪੈਸੇ ਕਢਾ ਕੇ ਘਰੇ ਆ ਜੀ ਚਲ ਐਂ ਕਰ ਲਾ ਫਿਰ ਸਾਰੇ ਲੱਲਰ ਲਾਏ ਆ ਉੱਥੇ ਕਿਤੇ ਕੋਈ ਕੱਚ ਛੱਡਿਆ ਮੈਂ ਸਾਰਾ ਕੁਝ ਲਿਖਿਆ ਕੇ ਆਈ ਓਏ ਆਹੋ ਬਾਪੂ ਮੈਂ ਸਾਰਾ ਕੁਝ ਲਿਖਾ ਕੇ ਆਉਂਗਾ A to Z ਗੱਲ ਲਿਖਾ ਕੇ ਆਉਂਗਾ ਤੂੰ ਟੈਨਸ਼ਨ ਜਮਾ ਨਾ ਲੈ ਮੈਂ ਉਹ ਗੱਲ ਵੀ ਲਿਖਾ ਕੇ ਆਉਂਗਾ ਵੀ ਹਾਂ ਤੈਨੂੰ ਗਾਲ ਕੱਢ ਕੇ ਗਿਆ ਹਾਂ ਸਾਰਾ ਕੁਝ ਲਿਖਿਆ ਕੇ ਆਈ ਉੱਥੇ ਬਸ ਦੋ ਗੱਲਾਂ ਵਾਧੂ ਲਈ ਲਵੋ ਆਹੋ ਮੈਂ ਸ਼ਾਇਦ ਕਿਤਾਬ ਪੜੇ ਪਤਾ ਨਹੀਂ ਕੌਣ ਤੀਗਾ ਮੈਂ ਘਰ ਪਈ ਇੱਕ ਦੀ ਕਾਪੀ ਲੈ ਮੈਨੂੰ ਕੱਢ ਕੇ ਮੈਂ ਉਹਦੇ ਮਿੱਠੂ ਦੇ ਮੁੰਡੇ ਦੇ ਉਧਰ ਹੀ ਪੈਸੇ ਦੇਵਾਂਗਾ ਪਰ ਆ ਕੰਮ ਨਹੀਂ ਮਿਲੂ ਉਹ ਬਾਪੂ ਤੂੰ ਕਾਹਦੇ ਵਾਸਤੇ ਦੇ ਕੇ ਆਏਗਾ ਐਵੇਂ ਤੇਰੇ ਹੱਥੋਂ ਪੈਸੇ ਜਾਂਦੇ ਦੇਖ ਕੇ ਤੇਰਾ ਹੋਰ ਬੀਪੀ ਘੱਟ ਜੂਗਾ ਉਈ ਨਾ ਕਾਲ ਚਲਾਣਾ ਕਰ ਜੀ ਤੂੰ ਪੈਸੇ ਘਰੇ ਲਈ ਮੈਂ ਆਪੀ ਫੜਾ ਆਉਂਗਾ ਚਲ ਭਾਈ ਤੂੰ ਫੜਾ ਆਈ ਗਿਣ ਕੇ ਆਹੋ ਲਿਆ ਫਿਰ ਬੈਂਕ ਦੀ ਕਾਪੀ ਲਿਆ ਆਹੋ ਮੈਂ ਪ੍ਰੀਤ ਨੂੰ ਕਹਿ ਰਿਹਾ ਲੈ ਸਿਆਪਾ ਖੜਾ ਹੋ ਗਿਆ ਅੱਧੇ ਦੇ ਦਾਂਗੇ ਰੁਪਈਏ ਪੁੱਛ ਲਾ ਮੁੰਡੇ ਨੂੰ ਅੱਧੇ ਉੱਧੇ ਕੋਈ ਨਹੀਂ ਲੈਂਦਾ ਉਹ ਭੈਣੇ 70,000 ਬਾਪੂ ਦੀ ਬੈਂਕ ਦੀ ਕਾਪੀ ਦੇਈ ਮੋੜਨ ਲੱਗੀ ਤੀ ਮੋੜ ਲਿਆਂਦੀ ਮੈਂ ਜਦੋਂ ਬੰਨ ਕੇ ਨਾ ਪੁੱਠੀ ਮੁੜੀ ਮੇਰੇ ਤਾਂ ਪੈਰ ਤੇ ਪੈਰ ਪੁੱਤ ਮੈਂ ਕੀ ਲਾਉਣਾ ਮੈਂ ਤਾਂ ਕੁਛ ਨੀ ਲਾਇਆ ਹੈਗਾ ਮੈਂ ਤਾਂ ਗਰਮ ਪੱਟੀ ਪਈ ਤੀ ਘਰੇ ਮੂੰਹ ਸਪਰੇਅ ਮਸਲ ਕੇ ਉਹ ਬੰਨੀ ਹੈ ਆਪਾਂ ਘਰਾਟੀ ਦਿਖਾਏ ਹੁਣੇ ਆ ਪੁੱਤ ਘਰਾਟਾ ਨੂੰ ਤਾਂ ਛੱਡ ਇਹਦਾ ਤਾਂ ਮੈਂ ਤਾਂ ਠੰਡਾ ਆਪ ਹੀ ਕਰ ਲੂੰਗੀ ਲੋਗੜ ਨਾਲ ਸੇਕ ਦੇ ਲੂੰਗੀ ਪੁੱਤ ਆਪਣੇ ਤਾਂ ਕੰਮ ਦਾ ਹੀ ਔਖਾ ਹੋ ਜੂਗਾ ਆਪਾਂ ਕੀ ਕਰਾਂਗੇ ਫਿਰ ਹੁਣ ਕੀ ਕਰੀਏ ਮਾਂ ਤੂੰ ਦੱਸ ਕੀ ਕਰੀਏ ਪੁੱਤ ਕੌਣ ਤਾਂ ਰੋਟੀ ਲਾਹੂਗਾ ਕੌਣ ਗੋਹਾ ਸਿੱਟੂਗਾ ਮੈਂ ਇਸ ਨਹੀਂ ਮਿਲਦੀ ਕਿਹਦੇ ਫਿਰਾਂਗੇ ਡੋਲੂ ਚੱਕੀ ਦੁੱਧ ਨੂੰ ਉਹ ਕੋਈ ਨਾ ਮਾਂ ਤੂੰ ਗੋਹੇ ਗੁੜੇ ਦੀ ਟੈਨਸ਼ਨ ਨਾ ਲੈ ਉਹ ਤਾਂ ਮੈਂ ਆਪੀ ਸਿੱਟ ਦਿਆ ਕਰੂੰਗਾ ਪੁੱਤ ਹੁਣ ਤੂੰ ਗੱਭਰੂ ਦਾੜੀ ਵਾਲਾ ਗੋਹਾ ਸਿੱਟੇਗਾ ਗੋਹਾ ਤਾਂ ਪੁੱਤ ਬੁੱਢੀਆਂ ਠੇਰੀਆਂ ਸਿੱਟਦੀਆਂ ਸੋਹਣੀਆਂ ਲੱਗਦੀਆਂ ਹੁੰਦੀਆਂ ਨੇ ਚੱਲ ਫਿਰ ਮੈਂ ਘਰ ਦੇ ਕੰਮ ਐ ਕੀ ਹੁੰਦਾ ਹੈ ਮੈਨੂੰ ਤਾਂ ਸੋਚ ਲੱਗੀ ਪਈ ਐ ਇੱਕ ਤਾਂ ਮੇਰੇ 7 ਵਜੀ ਘਰੇ ਕੌਣ ਝਾੜੂ ਪੋਚਾ ਕਰੂਗਾ ਕੌਣ ਰੋਟੀ ਲਾਹੂਗਾ ਕੌਣ ਤਾਰ ਚਾਹੂਗਾ ਫਿਰ ਹੁਣ ਕੀ ਆਪਾਂ ਦਾ ਬੜਾ ਔਖਾ ਹੋ ਗਿਆ ਪੁੱਤ ਫਿਰ ਹੁਣ ਕੀਤਾ ਕੀ ਜਾਵੇ ਮੈਂ ਤਾਂ ਦੇਖ ਕੁਛ ਨਹੀਂ ਕਹਿੰਦੀ ਪੁੱਤ ਅੱਗੇ ਤੂੰ ਸੋਚ ਲੈ ਮੈਂ ਤਾਂ ਐਂ ਕਹਿੰਦੀ ਹਾਂ ਤੱਤੀਆਂ ਠੰਡੀਆਂ ਤੇਰੇ ਸਹੁਰਿਆਂ ਨਾਲ ਮਾਰ ਕੇ ਤੇਰੇ ਵਿਚੋਲੇ ਕੋਲ ਜਾ ਕੇ ਪੁੱਤ ਬਹੂ ਨੂੰ ਲਿਆ ਉਹ ਮਾਂ ਲੜਕੇ ਤਾਂ ਗਈ ਆ ਉਹ ਕਿੱਥੋਂ ਆ ਜੂ ਗਈ ਤਾਂ ਲੜਕੀ ਆ ਮੈਨੂੰ ਪਤਾ ਹੈ ਫਿਰ ਹੁਣ ਸਰਦਾ ਨਹੀਂ ਆਪਾਂ ਨੂੰ ਜਿੰਨਾ ਚਿਰ ਦੇਖ ਸਰਿਆ ਮੈਂ ਸਾਰਿਆ ਹੁਣ ਜਦੋਂ ਮੈਂ ਮੰਜੇ 'ਤੇ ਬਹਿ ਗਈ ਹੁਣ ਕੀ ਬਣੂੰਗਾ ਰੋਜ਼ ਤਾਂ ਕਿਸੇ ਤੋਂ ਵੀ ਨਹੀਂ ਰੋਟੀਆਂ ਪਕਵਾਈਆਂ ਜਾਂਦੀਆਂ ਨਰਕ ਸਾਰੇ ਘਰ 'ਚ ਆ ਜੂਗਾ ਇੱਕ ਦਿਨ ਨਾ ਸਮਾਰੀਏ ਆਏਗਾ ਇਹਦਾ ਘਰ ਹੈ ਕੀ ਪਤਾ ਭੈਣ ਭਾਈ ਕੋਈ ਕਿੱਧਰੋਂ ਆ ਜਾਵੇ
तू तेरे बचोले को जा पुत उथे तत्तियां ठंडियां मार के पुत प्रभ प्रीत नू घरे लिया। लोग बिड़का लेंदे ने कहते ने किदे दी बहू गई हुई हजे लियांदी नहीं, किदे दी बहू गई हुई हजे लियांदी नहीं हैगी। है पुत लोग तो गल्लां करदे ने, तेरे मुँह ते कुछ है, मेरे मुँह ते कुछ है, बहू दे मुँह ते कुछ है, आपां क्यों अपना घर पाड़ीए। गल तेरी भी ठीक है ना, तू मेरी मनदा पुत लिया बैंक जी च बहुत भीड़ थी पई। जाया पुत कटा लिया पई पैसे ना ज्यादा करा मेरे, मैं परा मूह करके फड़े ने बैंक आलिया तो, मेरी तो जान निकल दी आ। हाँ भाई गंढी इन्ने चीरी जानी है तू गुड्डी लिया, दो घंटे पा ला दाल चा, पता किन्ने महंगे ने गंढे, तू तो भाई कर कितने बग जाएगी, होर स्यापा खड़ा होगा असि कितों लियावांगे, इन्ने गंढे नहीं भाई पाने ना, ना ना पुत मैं तो 37,000 रुपये दुखदा भाई, मेरा थोड़ा अटैक आने वाला हो रहा, पूरी पा दिया कर बापू, जे मैं पूरी पा दिंदा ना तू पूरा हो जांदा। क्यों? वो अगले 10,000 रुपये मांगदे सी रिपोर्ट लिखाई दा, 25 तू जेब चो कढ के राजी नहीं हैगा, कित्थों लिखा जांदा मैं रिपोर्ट, आई पुछ के देख लैंदा माड़ा मोटा भी भाई, ऊं लिख दो ओए, ऊं अगले सिक्का चला के राजी नहीं हैगे, 10,000 रुपया दे एक छड दो रिपोर्टा लिखाया हूं मैं, तो बड़ा स्यापा है, नाले पैसे लेके आया तू बैंक गया सीगा, पैसे तो लियाते ला दे, पैसे तो मैं मसा फड़े ने उदो परा जे मुंह करके, मेरा हा जी नहीं करया रुपये फड़न नु, ओए उनू घट बद करके देख ला, कहदे भाई साडा भी नुकसान हो गया, ओ बापू नुकसान भी तो अपने तो होएगा, अगले ने तो संद देता सी भाई लै जाओ, वो तो चल पुत रब ने करता, पकड़ा जान के करे पुछ ला जे घट बात कर लूगा, उन्हें घरों चोरी दिता जी बापू, चा भाई लाई जा, तू नहीं मानता, तू तो मेरा साला सेड़े पूरे ने, पूरे ने भाई मार ला हाथ, वो बापू हूँ मैं दस की करा, मेरी की गलती है, चल भग जा दे आ पैसे, पूरे ने, पूरे ने भाई हाथ मार ला, मेरा तो ब्लड घट जाता इन्ने पैसे देख के, वो तू दवाई दवुई लै ला बापू, स्प्रे लिया दे मैनू दवाई ना लिया के दे, जेहड़े हिसाब नाल घाटा पिया, वो क्यों पकाई मारदा उन्हें बापू, चल भग जा ਬਗ ਜਾ ਮੱਲਾ ਮੇਰੀ ਅੱਖਾਂ ਤੋਂ ਦੂਰ ਹੋ ਜਾ, ਬਗ ਜਾ ਬਗ ਜਾ, ਮੈਂ ਪ੍ਰਭ ਨੂੰ ਕਹਿ ਨਾ ਦਵਾਈ ਦੇ ਦੂਗੀ ਤੈਨੂੰ, ਜਾ ਬਗ ਜਾ, ਹਾਏ ਓਏ ਮੈਂ ਤਾਂ ਨਗਾ ਟਾਉ ਹੀ ਨਹੀਂ ਦੇਖਿਆ ਤੀ, 65 ਸਾਲ ਦੀ ਉਮਰ ਹੋ ਗਈ, ਇੰਨੇ ਪੈਸੇ ਇਕੱਠੇ ਮੈਂ ਤਾਂ ਹੀ ਨਹੀਂ ਦਿੱਤੇ ਕਿਸੇ ਨੂੰ, ਤੇ ਨਾਲ ਆ ਜਾ ਬੰਨਣ ਲੱਗ ਗਿਆ ਸੀ ਮੈਂ, ਮਾਸੀ ਸਤਿਕਾਲ ਬਾਈ, ਪੁੱਤ ਮੈਂ ਤੈਨੂੰ ਤੜਕੇ ਦਿੱਤੀ ਜਾਨੀ ਆ, ਠੀਕ ਆ ਜਦੋਂ ਬੰਨ ਕੇ ਮੁੜੀ ਮੇਰੇ ਤਾਂ ਪੈਰ ਤੇ ਪੈਰ ਦਰਦਾ, ਬੇ ਪੁੱਤ ਕਾਹਨੂੰ ਦੇਖਣਾ, ਮੈਂ ਸਾਡੀ ਕਿਆ ਹੈ ਗੋਈ ਲੈਤੀ ਹੋਈ ਹੈ, ਤੁਰਿਆ ਨਹੀਂ ਜਾਂਦਾ ਵੈਸੇ ਤਾਂ, ਨਾ ਘਰੇ ਕੀ ਗੜਬੜ ਹੋ ਗਈ, ਹੁਣ ਗੜਬੜ ਕੀ ਦੱਸਾਂ ਪੁੱਤ, ਕੇਲਿਆਂ ਦੀ ਗੱਲ ਤੀ ਲੈ, ਪਹਿਲਾਂ ਕੀ ਕੇਲਿਆਂ ਦੀ ਗੱਲ ਹੁੰਦੀ, ਉਹੀ ਨਿਆਣਿਆਂ ਵਾਲੀ ਗੱਲ ਕਰਤੀ, ਅੱਛਾ ਉਹਦਾ ਬਾਪ ਆਏ ਦੇ ਭਾਈ ਬੋਈ ਆ ਲੈ ਕੇ, ਹਾਂ 6 ਕੇਲੇ ਲੈ ਆ, ਅੱਛਾ ਹੁਣ ਪਹਿਲਾਂ ਤਾਂ ਤੂੰ ਮੈਨੂੰ ਐਂ ਦੱਸ, ਆਪਾਂ ਧੀਆਂ ਭੈਣਾਂ ਕੋਲ ਜਾਂਦੇ ਹਾਂ 6 ਕੇਲੇ ਲੈ ਕੇ ਜਾਂਦੇ ਹਾਂ, ਚੱਲ ਤੁਸੀਂ ਮਾਰੋ ਗੱਲਾਂ, ਮੈਂ ਤੁਹਾਨੂੰ ਤਿਆਰ, ਚੱਲ ਠੀਕ ਆ ਪੁੱਤ ਤੂੰ ਤਿਆਰ ਹੋ ਜਾ, ਕੀਤਾ ਮੈਂ ਸਰੀਕੇ 'ਚ ਵੰਡਾਂ ਕੀ ਮੈਂ ਘਰੇ ਇਹਨਾਂ ਨੂੰ ਦੇਵਾਂ, ਮੈਨੂੰ ਮੈਂ ਮਿੰਟੂ ਨੂੰ ਦੇ ਤੇ ਕੇਲੇ, ਇੱਕ ਪਹਿਲਾਂ ਲੈ ਲਿਆ, ਕਹਿੰਦਾ ਮੰਮੀ ਇੱਕ ਹੋਰ ਦੇ ਦੇ, ਇੱਕ ਹੋਰ ਦੇ ਦੇ, 4 ਰਹਿ ਗਏ, ਕਹਿੰਦੀ ਮੈਂ ਖਾਊਂਗੀ, ਮੈਂ ਆਖਿਆ ਪੁੱਤ ਸਰੀਕੇ ਕਬੀਲੇ 'ਚ ਵੀ ਵੰਡਣੇ, ਚੱਲ ਕੋਈ ਗੱਲ ਨਹੀਂ ਤੂੰ
बस आ गल है आ बात है बाप ने लाई बत्ती कहना चल कुड़िए चल चक केले चक पीपा वह पुत नाले पीपा लै गए नाले केले लै गए आपकी कुड़ी नू लै गए। अच्छा हूँ देख जिन्ना चिर तक मैं इतों सरिया मैं सारिया हूँ जो मैं मंजे से बह गई हूँ कौन तो साड़ी रोटी पकाऊगा कौन साडा भाई गोहा कूड़ा करूगा कौन साडा झाड़ू पोछा ना छे केले थी गए कानून लड़ाई पाई अद्धा कर लेंगे बोच बचाई करके बहू घरे लिया तोरता ब्याह वेले आप गए इज्जत थी अपनी हूँ आप लड़ाई पक्षों कुड़ी लैके जावे लड़ाई हो गई फर्ज कर लड़ाई हो गई अपनी हूँ आप लड़ाई तो बाद कुड़ी लैन जा रहे हैं लड़ाई तो बाद लैन जा रहे हैं उसकी इज्जत अपनी इज्जत ही नहीं है हाँ तुम लड़ाई करके कुड़ी साड़ी आई हूँ तुम चार बंदे लैके सू कु नहीं लुवा रहे हो फर्ज नहीं बनता फिर हम बड़ी की बड़ी फिर तू दस दे कोई स्कीम सानू कुड़ी दा बाप मेरे तो बाहर है ही नहीं जिमें मैं कह दूँ उवी करूँगा वो कुड़ी आ जूगी पर घाटा तेरे च भी नहीं मासी बहू बिना घरे नहीं सरदा हुंदा बई हुण तू फर्ज कर कल नमेड़ा हो गया फर्ज कर नमेड़ा हो गया नहीं मैनू पता नहीं बोलदा मैं फर्ज कर नमेड़ा हो गया इहनू साग दे तू कोई पंजी लेके आवे दसी लेके आवे केला लेके आवे बेर लेके आवे चीकू लेके आवे आड़ू लेके आवे कीवी लेके आवे संतरे लेके आवे तैं पुत मैं आवांदी हाथ मैं कहता कहता मैं ओही कहे पछताउनी आ मैं तो कुछ नहीं कहती साड़ी बहू लिया दे करे बहू तो मैं लेऊं बहू तो दो लेऊं मैं दो की सिर जवान नहीं कोई नहीं कट दी दो तो लेऊं मैं दो आगे मेरे झुंडे पट देनगिया एको ही बथेरी है संता वही लिया फर्ज करना लड़ना है जमीन मैं तो बोल दी रही भाई मैं तो मिंटू ए आ मुंडे आ रहे भज के आ गया बस आ चल के इधर सौरे आउंदा तैयार होण लग रहे आ जा हुण ओ बस मैं बड़ी सट पाला हुण ही आ गया ਐ ਤੂੰ ਦਵਾਈ ਦਵੂਈ ਲੈ ਲਾ ਹੁਣ ਚੱਜ ਨਾਲ ਵਧੀਆ ਦਵਾਈ ਤਾਂ ਮੈਂ ਲੈ ਲੂੰਗੀ ਭਾਈ ਦਵਾਈ ਤਾਂ ਲੈ ਲਈ ਮੈਂ ਦਿਖਾ ਦੇ ਕਿੰਨਾ ਕੁ ਸੱਟ ਹੋ ਲੱਗਿਆ ਤੇ ਹੈ ਲੈ ਦਿਖਾ ਬੰਨਿਆ ਪਿਆ ਭਾਈ ਪੈਰ ਤਾਂ ਹਾਂ ਬੰਨਿਆ ਪਿਆ ਹੋਰ ਬੰਨਿਆ ਪਿਆ ਪੈਰ ਤਾਂ ਸਾਰੀ ਗੱਲ ਆਪ ਹੀ ਕਰ ਲਵਾਂ ਕੋਈ ਨਾ ਮੈਂ ਕਰ ਲਵਾਂ ਮੈਨੂੰ ਤਾਂ ਕਹੂੰਗੀ ठीक मैं गल कर ਜਿਹੜਾ ਤੁਸੀਂ ਆਹ ਵਾਧਾ ਜਿਹਾ ਵਧਾ ਰੱਖਿਆ ਨਾ ਇਹ ਗੱਲ ਠੀਕ ਨਹੀਂ ਹੋ ਤੇਰੀ ਵਾਧਾ ਦਾ ਕੀ ਆ ਇਹਨਾਂ ਦੇ ਸਾਹਮਣੇ ਆਗਾ ਆਪਾਂ ਦਾ ਕੀ ਕਹਿਣਾ ਵਾਧੇ ਨੂੰ ਅਸੀਂ ਤਾਂ ਕੋਈ ਨਾ ਕੋਈ ਨੀਵੀਂ ਕਹੀ ਆ ਗੱਲ ਨਾ ਉੱਚੀ ਕਹੀ ਆ ਹੈ ਨਹੀਂ ਕਹੀ ਚਰਨਿਆ ਪਰ ਕੋਈ ਨਾ ਕੋਈ ਗੱਲ ਕਹੀ ਕਾਈ ਜਾ ਕੇ ਫਰਜ਼ ਕਰ ਗਲਤ ਭੇੜ ਜਾਂਦਾ ਟੰਕਾ ਉਹਦਾ ਠੀਕ ਆ ਰੋਡੇ ਦਾ ਉਹਦਾ ਠੀਕ ਆ ਹੁਣ ਤੁਸੀਂ ਮਨ ਚ ਖਾ ਰੱਖੋ ਇਹ ਮਨ ਚ ਖਾ ਰੱਖਣਾ ਨਵਾਂ ਨਵਾਂ ਮੁੰਡੇ ਦਾ ਵਿਆਹ ਹੋਇਆ ਇਹਨਾਂ ਦੀ ਆਉਣ ਵਾਲੀ ਜਿਹੜੀ ਸਥਿਤੀ ਆ ਉਹ ਚ ਕੀ ਫਰਜ਼ ਕਰ ਉਹ ਪਊਗਾ ਪ੍ਰਭਾਵ ਪਊਗਾ ਉਹ ਤਾਂ ਮੈਂ ਤੇਰੀ ਗੱਲ ਮੰਨਦਾ ਇਹਨੂੰ ਆਪ ਹੀ ਪੁੱਛ ਲਾ ਭਾਈ ਇਹਦੀ ਮਾਂ ਲੜਪੀ ਹੈ ਸਾਡੇ ਸਾਹਮਣੇ ਕੁੜੀ ਫਟ ਫਟ ਕੁੱਟਤੀ ਕੀ ਗੱਲ ਭਾਈ ਮੈਂ ਪੁੱਤਾਂ ਵਾਂਗੂ ਪਾਲੀਆ ਮੈਂ ਮੇਰੇ ਸਿੰਮੂ ਨੂੰ ਨਹੀਂ ਉਹਨਾਂ ਦਿੰਦਾ ਦੇ ਦੁੱਧ ਕੁਝ ਨਾ ਉਹਨੂੰ ਦਿੰਦਾ ਸੀ ਰੋੜਿਆ ਉਹ ਗੱਲ ਤੇਰੀ ਸਹੀ ਆ ਮੈਂ ਇਹਦੀ ਮਾਂ ਨਾਲ ਵੀ ਅੱਜ ਤੜਕੇ ਗੱਲ ਕਰਕੇ ਆਇਆ ਮੈਂ ਕਸੂਰ ਉਹਦਾ ਵੀ ਨਹੀਂ ਕਸੂਰ ਤੁਹਾਡੇ ਵਾਲੀ ਦਾ ਵੀ ਨਹੀਂ ਪਹਿਲੀ ਗੱਲ ਤਾਂ ਦੇਖੋ ਫਿਰ ਕੀ ਹੁੰਦਾ ਮਾਵਾਂ ਹੁੰਦੀਆਂ ਨੇ ਭਾਈ ਮਾਂ ਕਰਦੀ ਹੈ ਕੀ ਗੱਲ ਬਈ ਵਿਆਹੀ ਆ ਉਹ ਹੈ
ਸੇਰੇ ਨਾਲ ਵਿਆਹ ਕੇ ਲਿਆਉਂਦੀ ਆ ਉਹ ਕਿਹੜਾ ਊਂ ਭਾਈ ਕੱਢ ਗੁੱਟ ਕੇ ਜਾਂ ਮੁੱਲ ਦੀ ਲਿਆਉਂਦੀ ਆ ਉਹਦਾ ਹੱਥ ਵਟਾਉਣ ਦਾ ਫਰਜ਼ ਨਹੀਂ ਭਲਾ ਉਹ ਤਾਂ ਚੱਲ ਯਾਰ ਜਵਾਕ ਨੂੰ ਪਿਆਰ ਨਾਲ ਕਿਹਾ ਹੁੰਦਾ ਬੀਬੇ ਤੁਸੀਂ ਥੱਪੜ ਸਾਡੇ ਖਬਰ ਆ ਯਾਰ ਮਗਰੋਂ ਕੀ ਕਰਦੇ ਉਹਨੇ ਮੇਰੇ ਤਾਂ ਭਾਈ ਕਾਲਜਾ ਮੱਚਿਆ ਰੋਟੀ ਉੱਦਾਂ ਚਰ ਨੇ ਮੇਰੀ ਗੱਲ ਸੁਣਾ ਇਹਦੀ ਮਾਂ ਨਾਲ ਮੈਂ ਗੱਲ ਕਰੀ ਆ ਤੈਨੂੰ ਪਤਾ ਘਰੇ ਜਿਹੜਾ ਕੁਛ ਮਰਜ਼ੀ ਹੁੰਦਾ ਨਾ ਅੱਜ ਪਾਰਾ ਇੱਕ ਮਿੰਟ ਗਲੀ ਗਵਾਂਢ ਤਾਂ ਗੱਲ ਸੁਣਨ ਵਾਲੀ ਆ ਫੇਰ ਪਾਣੀ ਫੇਰ ਮਗਾਣੀ ਗੱਲ ਸੁਣਨ ਵਾਲੀ ਆ ਗਲੀ ਗਵਾਂਢ 'ਚ ਜਿੰਨੀ ਉਹ ਸਹਾਇਤਾ ਕਰਦੀ ਆਪਦੀ ਨੂੰਹ ਦੀ ਨਾ ਕਿਸਾ ਕਰਦੀ ਪਰਸੋਂ ਤੇਰੀ ਆਂਟੀ ਗਈ ਤੀ ਮੁੰਡਾ ਉਹ ਸੁਣਨ ਵਾਲੀ ਗੱਲ ਹੈ ਉਹਨੂੰ ਕਹਿੰਦੀ ਤੇਰੀ ਮਾਂ ਕਹਿੰਦੀ ਭਾਈ ਮੇਰੀ ਤਾਂ ਇਹੋ ਜਿਹੀ ਬਹੂ ਆਈ ਹੈ ਮੈਨੂੰ ਤਾਂ ਭੂੰਜੇ ਪੈਰ ਨਹੀਂ ਲਾਉਣ ਦਿੰਦੀ ਨਾਲੇ ਪਤਾ ਉਹਦੇ ਪੈਰ ਦਾ ਕੀ ਹਾਲ ਹੋ ਗਿਆ ਹੈਂ ਕਿਉਂ ਹੋਇਆ ਕਰੇ ਗੱਲੀ ਦਿਓ ਫਰਜ਼ ਕਰ ਕਰੇ ਬਹੂ ਹੁੰਦੀ ਉਹ ਭਾਈ ਜਦੋਂ ਮੈਂ ਚੜੀ ਚਲੋ ਜਮਾ ਖੋ ਪੈਰ ਤੇ ਤੈਨੂੰ ਖੜ ਗੱਲ ਦੀ ਦੱਸੀ ਮੈਂ ਪੂਰੀ ਮੈਂ ਚੜ ਗਈ ਭਾਈ ਇਹਦੀ ਮਾਂ ਦੇ ਪੈਰ ਤੇ ਉਹ ਤਾਂ ਬੰਜੇ ਤੇ ਬੈਠੀ ਆ ਉੱਥੇ ਹੁਣ ਉਰੇ ਬਹੂ ਆ ਗਈ ਉੱਥੇ ਕੌਣ ਬਾਲੀ ਬਾਰ ਸਕਦੇ ਰੋਟੀ ਟੁੱਕ ਭਾਈ ਕਿੱਥੋਂ ਆਊਗੀ ਹੈਂ ਖੜਾ ਦੇ ਪੁੱਤ ਪਾਣੀ ਉਰਿਆ ਕੁੜੀਏ ਉਰਿਆ ਆ ਜਾ ਪੁੱਤ ਪੀੜੀ ਲੈ ਲੈ ਖੋੜ ਤੇਰੇ 'ਚ ਵੀ ਆ ਭਾਈ ਕਿਉਂ ਬੋਲੀ ਤੂੰ ਤੇਰੇ ਸੱਸ ਅੱਗੇ ਉਰੇ ਆ ਜਾ ਪੁੱਤ ਸਾਹਮਣੇ ਬਹਿ ਕੇ ਦੱਸ ਇਹਨਾਂ ਨੂੰ ਸਾਰੀ ਗੱਲ ਇੱਥੇ ਹੀ ਆ ਨਾਲੇ ਭਾਈ ਧੱਕੇ ਵੀ ਮਾਰੇ ਨੇ ਹੈ ਧੱਕੇ ਵੀ ਮਾਰੇ ਨੇ ਤਾਂ ਮੈਂ ਥੱਪੜ ਤੂੰ ਤਾਂ ਭਾਈ ਬੋਲ ਨਾ ਪਰੋਣੇ ਆ ਕਿਉਂ ਨਾ ਬੋਲਾ ਕਿਉਂ ਨਾ ਬੋਲਾ ਦੱਸਣ ਵਾਲੀ ਆ ਬੋਲਣ ਨੂੰ ਲਿਆਂਦਾ ਮੈਂ ਉਰੇ ਕਿਉਂ ਨਾ ਬੋਲਾ ਤੇਰੇ ਤੇ ਖੋਟ ਆ ਭਾਈ ਸਿੱਧੀ ਜੀ ਗੱਲ ਕਰਦਾ ਮੈਂ ਤਾਂ ਕੁਛ ਨਹੀਂ ਕਿਹਾ ਮੰਮੀ ਨੂੰ ਕਿਉਂ ਨਹੀਂ ਕਿਹਾ ਕਿਆ ਕਿਉਂ ਨਹੀਂ ਹੈ ਐ ਦੱਸ ਤੂੰ ਘਰੇ ਕਿਹੜੇ ਕਿਹੜੇ ਕੰਮ ਕਰਦੀ ਆ ਤੂੰ ਮੈਨੂੰ ਇਹ ਦੱਸ ਦੇ ਕੋਈ ਕੰਮ ਨਹੀਂ ਕਰਦੀ ਸਾਰਾ ਦਿਨ ਪਈ ਰਹਿੰਦੀ ਫੇਰ ਭਾਈ ਡਾਂਗਾ ਨਾਲ ਘਰ ਬਸੇ ਨੇ ਬਸੇ ਨੇ ਕਦੇ ਘਰ ਡਾਂਗਾ ਨਾਲ ਮੇਰੀ ਗੱਲ ਸੁਣ ਲਾ ਮੇਰੀ ਇੱਕ ਮਿੰਟ ਨਿੱਕੇ ਜਿਹਾ ਹੱਥ ਦੀ ਪੈੜ ਚ ਸਾਰੀਆਂ ਪੈੜਾਂ ਆਉਂਦੀਆਂ ਨੇ ਵੀ ਜਦੋਂ ਅਸੀਂ ਕੁੜੀ ਦੇਤੀ ਹੈ ਇਹਨੂੰ ਇੱਕ ਰਿਸ਼ਤਾ ਹੁੰਦਾ ਬਹੂ ਪਰਾਉਣੇ ਦਾ ਅੱਡਾ ਭੈਣ ਭਾਈ ਦਾ ਵੀ ਰਿਸ਼ਤਾ ਹੁੰਦਾ ਵੀ ਕਿਸੇ ਦੀ ਕੁੜੀ ਨਹੀਂ ਜਾ ਰਿਹਾ ਭੈਣ ਭਾਈ ਕੌਣ ਆ ਕਿਸੇ ਦੀ ਕੁੜੀ ਨਹੀਂ ਹੈਗੀ ਅੱਛਾ ਥੋਡੀ ਹਾਂ ਇਹਨੇ ਫਟ ਫਟ ਮੇਰਾ ਕਾਲਜਾ ਮੱਛਿਆ ਪਿਓ ਦੇ ਦੇ ਮਤਲਬ ਪਾਣੀ ਨਹੀਂ ਪੀ ਰੋਟੇ ਮੇਰੀ ਗੱਲ ਸੁਣ 65 ਸਾਲ ਦੀ ਉਮਰ ਤੇਰੀ ਹੋ ਗਈ ਹਾਂ 40 ਤੋਂ ਟੱਪ ਗਿਆ ਮੈਂ ਹਾਂ ਗੱਲ ਪਤਾ ਕੀ ਹੈ ਕੁੜੀਆਂ ਚਿੜੀਆਂ ਹੁੰਦੀਆਂ ਨੇ ਸਹੁਰੀ ਬਾਦੀਆਂ ਚੰਗੀਆਂ ਲੱਗਦੀਆਂ ਨੇ ਹੁਣ ਇਹ ਲੜਕੀ ਆ ਗਈ ਉਹਨਾਂ ਦੇ ਗਵਾਂਢ 'ਚ ਜਲੂਸ ਨਿਕਲਿਆ ਤੁਹਾਡੇ ਉਰੇ ਘਰੇ ਪਤਾ ਵੀ ਉਹ ਤੁਹਾਡੀ ਉਰੀ ਕੁੜੀ ਬੈਠੀ ਹੈਗੀ ਬੋਦਾ ਵੱਡਾ ਕਿਹਦਾ ਹੁੰਦਾ ਕਿਸੇ ਦਾ ਨਹੀਂ ਹੁੰਦਾ ਕੁੜੀ ਬੋਦਾ ਭਾਈ ਆਪਦਾ ਢਿੱਡ ਨੰਗਾ ਕਰਦਾ ਬੋਦਾ ਆਪਣਾ ਵੱਢਦਾ ਬੋਦਾ ਆਪਣਾ ਵੱਢਦਾ ਆਪਦਾ ਢਿੱਡ ਚੱਕਦੇ ਆਪਦੀ ਨੂੰ ਫੇਰ ਉਹੀ ਤਾਂ ਗੱਲ ਹੈ ਕਿਉਂ ਦਿਖਾਉਣਾ ਢਿੱਡ ਭਾਈ ਕਿਉਂ ਦਿਖਾਉਣਾ ਕਾਹਤੋਂ ਦਿਖਾਓ ਢਿੱਡ ਹੁਣ ਤੂੰ ਮੇਰੀ ਗੱਲ ਮੰਨ ਚਰਨਿਆ ਦੇਖ ਘਰ ਬਣਿਆ ਹੋਇਆ ਆਪਣਾ ਮੈਂ ਮੁੰਡੇ ਨੂੰ ਲੈ ਆਇਆ ਉਰੇ ਠੀਕ ਹੈ ਦੇਖ ਬੌਲਾ ਨਾ ਬਣ ਕੁੜੀ ਤੋਰ ਦੇ ਇੱਕ ਗੱਲ ਹੋਰ ਦੱਸ ਦਿੰਦਾ ਮੈਂ ਤੈਨੂੰ ਇਹਦੀ ਮਾਂ ਦੇ ਨਾ ਮੈਨੂੰ ਪੁੱਛ ਕੇ ਪਤਾ ਅੱਜ ਹੈ ਹੀ ਨਹੀਂ ਪੈਰ ਤਾਂ ਨਾਲ ਰਸ ਕਰਤਾ ਪੈਰ ਦਾ ਤਾਂ ਪੀਚਰਾ ਕਰਤਾ ਪੈਰ ਤਾਂ ਹੈ ਨਹੀਂ ਮਾਂ ਤਾਂ ਮਾਂ ਤਾਂ ਤੂੰ ਕੀ ਹੋ ਗਿਆ ਦੀ ਪੁੱਤਾ ਮੈਂ ਚੜ ਗਈ ਅੱਛੀ ਆਈ ਖੱਟਰ ਇਹਨਾਂ ਦੀ ਮੈਂ ਮੰਗਿਆ ਹਾਂ ਵੇਚ ਦੋ ਨੂੰ ਉਹ ਤਾਂ ਵੇਚ ਦਾਂਗੇ ਚਰਨੇ ਤੂੰ ਕੁੜੀ ਤੋਰ ਚਰਨੇ ਤੂੰ ਤੋਰ ਦਿੰਦਾ ਭਾਈ ਕੋਈ ਨਾ ਗਲਤੀ ਹੋ ਜਾਂਦੀ ਆ ਮੈਂ ਮੰਗਦਾ ਨਾ ਮਾਫੀ ਲੈ ਹੱਥ ਜੋੜਦਾ ਭਾਈ ਇੱਕ ਵਾਰੀ ਤਾਂ ਤੈਨੂੰ ਮਾਫ ਕਰਤਾ ਮੁੰਡਿਆ ਅੱਗੇ ਤੋਂ ਖਬਰਦਾਰ ਹੋ ਜਾਈਏ ਕੁੜੀ ਦੇ ਹੱਥ ਚੱਕ ਮੈਂ ਜ਼ਿੰਮੇਵਾਰੀ ਲੈ ਲੈਣਾ ਮੈਂ ਜ਼ਿੰਮੇਵਾਰੀ ਲੈਣਾ ਪਰ ਤੇਰੀ ਕੁੜੀ ਨੂੰ ਸਮਝਾ ਭਾਈ ਤੂੰ ਵੀ ਨਾ ਬੋਲ ਦੂਸਰੀ ਗੱਲ ਫਰਜ਼ ਕਰੋ ਕੱਲ ਨੂੰ ਤੂੰ ਜਾਣਾ ਕੁੜੀ ਦੇ ਘਰੇ ਕੇਲੇ ਤਾਂ ਭੈਣ ਦੇ ਖਾਸ ਲੈ ਕੇ ਨੀ ਜਾਣੇ ਬਾਈ ਇਹ ਤਾਂ ਲਕੀਰ ਕਰ ਦੋ ਜੇ ਬਾਈ ਤੁਹਾਡੇ ਕੇਲੇ ਆ ਗਏ ਇਹਨਾਂ ਦੇ ਘਰੇ ਤੇਰੀ ਕੁੜੀ ਉਰੇ ਹੋਊ ਇਹਨਾਂ ਦੇ ਘਰੇ ਕੇਲੇ ਹੋਣਗੇ ਜਾਂਦੀ ਨੀ ਹੈਗਾ ਉੱਡਿਆ ਉਹ ਬਾਈ ਤੁਹਾਡੀ ਮਰਜ਼ੀ ਆ ਆਪਾਂ ਤਾਂ ਦਿਲ ਵਿਚੋਲਾ ਹੁੰਦਾ ਸੋਹਣੇ ਪਰਿਵਾਰ ਮਿਲਾ ਦੇ ਫਰਜ਼ ਕਰੋ ਕੱਲ ਨੂੰ ਇਹਨਾਂ ਨੇ ਕੋਈ ਹੋਰ 19-21 ਹੁੰਦੀ ਆ ਤੂੰ ਗਾਂ ਉੱਥੇ ਜਾਇਆ ਹੋਇਆ ਹੋਊਗਾ ਉੱਥੇ ਗੱਲ ਕੀਤੀ ਆਊਗੀ ਸਾਰੀ ਕੀਤੀ ਆਊ ਤੇਰੇ ਤੇ ਕੇਲੇ ਨਹੀਂ ਲੈ ਕੇ ਜਾਣੇ ਆ ਬਈ ਮੇਰਾ ਹੁਣ ਮੇਰਾ ਇਹ ਠੀਕ ਹੈ ਫੈਸਲਾ ਲਾਟ ਲੜਾਈ ਅਸਲ ਕੇਲਿਆ ਮੈਨੂੰ ਪਤਾ ਦੱਸ ਦੱਸ ਬਾਈ ਨੂੰ ਸਾਰਾ ਕੁਝ ਚੱਲ ਭਾਈ ਚਾਹ ਕਰ ਲੈ ਪੁੱਤ ਫਿਰ ਪਾਲਾ ਲੀੜਾ ਹੈ
ਕਪੜਾ ਵਦਾ ਬਗ ਜੀ ਹਾਂ ਵੇ ਕੁੜੀਆ ਬਗ ਜਾ ਭਾਈ ਆ ਜਾ ਮੈਂ ਵੀ ਬਿਮਾਰ ਹੋ ਗਿਆ ਜੀ ਅਸ ਰੋਡਿਆ ਅੱਛਾ ਉਹ ਅੱਜ ਤੁਸੀਂ ਆਏ ਹਾਂ ਪਤਾ ਨਹੀਂ ਕਿਹਦਾ ਮੂੰਹ ਦੇਖਿਆ ਮੇਰੇ ਸਾਲੇ ਦਾ ਮੋਟਰਸਾਈਕਲ ਚੱਕਿਆ ਤੇਰੀ ਮੋਟਰਸਾਈਕਲ ਚੱਕਿਆ ਮਿਲ ਗਿਆ ਭਾਈ ਕਾਨੂੰ ਮਿਲ ਗਿਆ 70,000 ਰੁਪਿਆ ਭਰਿਆ ਮਿੱਠੂ ਦੇ ਮੁੰਡੇ ਦਾ ਗਮਾਂਡੀਆ ਦੇ 70,000 ਰੁਪਏ ਕਿਹੜਾ ਦੀਗਾ ਨਵੇਂ ਜੇ ਚੱਲੇ ਨੇ ਜੀ ਲਾਈਟ ਜੀ ਨਹੀਂ ਬੁਝਦੀ ਹੁੰਦੀ ਨਾ ਐ ਕਿਵੇਂ ਚੱਕਿਆਗਾ ਤੈਨੂੰ ਪਤਾ ਹੀ ਨਹੀਂ ਲੱਗਿਆ ਤੁਹਾਨੂੰ ਅਸੀਂ ਆਉਂਦੇ ਤੇ ਤੁਰੇ ਥੋੜਾ ਮੈਂ ਸੂਪਣਾ ਕਰ ਗਿਆ ਮਹਾ ਤੇਲ ਪਾ ਦੇਣਾ ਮੇਰੇ ਸਾਲ ਦਾ ਮੁੰਡਾ ਮੂਤਣ ਵਗ ਗਿਆ ਹਾਂ ਕੁੜੀ ਬਾਥਰੂਮ ਵਗ ਗਈ ਹਾਂ ਮੈਂ ਆਖਿਆ ਵੀ ਭਾਈ ਮੈਂ ਵੀ ਮੂਤਿਆ ਵਾਂ ਹਾਂ ਉਹਦਾ ਮਗਰੋ ਪਤਾ ਨਹੀਂ ਕੌਣ ਸੀ ਮੂੰਹ ਜੇ ਬੰਨੇ ਵਾਲਾ ਹਾਂ ਉਹਦਾ ਵੀਰ ਜਮੀ ਮੁੜ ਕੇ ਨਹੀਂ ਦੇਖਿਆ ਮਗਰ ਉਹਦਾ ਦੰਦਾ ਪੈ ਗਿਆ ਕੁੜੀ ਤੇਰੀ ਇੱਕ ਨੰਬਰ ਹੈ ਬਹੁਤ ਸਿਆਣੀ ਕੁੜੀ ਹੈ ਮੈਂ ਮੰਨਦਾ ਮੈਂ ਰਿਸ਼ਤਾ ਕਰਾਇਆ ਤੁਹਾਡੇ ਪਰਿਵਾਰ ਨਾਲ 20 ਸਾਲ ਹੋ ਗਏ ਵਾਹ ਵਾਸਤਾ ਪੈ ਨੂੰ ਪਰ ਗਲਤੀ ਕਿੱਥੇ ਕੁੜੀ ਦੀ ਜਿਹੜਾ ਪੁਆਇੰਟ ਤੇ ਆ ਕੇ ਗਲਤੀ ਹੋ ਜਾਂਦੀ ਹੈ ਕੁੜੀ ਤੋਂ ਧੀਆਂ ਤੋਂ ਆਪਣੀਆਂ ਤੋਂ ਗੁੱਡੀਆਂ ਤੋਂ ਬੱਚੀਆਂ ਤੋਂ ਫਰਜ ਕਰ ਕੰਮ ਆ ਕੇ ਅੜ ਜਾਂਦਾ ਭੈਣ ਦਾ ਖਾਸਮ ਵਿੱਚ ਕੰਮ ਪਿੱਛੇ ਟੋਕਦੇ ਨਹੀਂ ਹੁਣ ਉਹ ਵੀ ਵਿਚਾਰੀ ਕਿੱਧਰ ਜਾਵੇ ਯਾਰ ਮੁੰਡਾ ਪਿਆ ਹੈ ਨਾ ਵੀ ਸੌਖਾ ਸਾਂਹੂ ਮੇਰੇ ਨਾਲ ਕੰਮ ਚ ਹੱਥ ਵਟਾਊਗੀ ਹੋ ਜਾਂਦਾ ਕੰਮ ਚੋਟੀ ਫਿਰ ਗਈ ਯਾਰ ਮੇਰੀ ਆਹ ਬਾਥਰੂਮ ਕਿੱਥੇ ਆਪਣੇ ਚੋਟੀ ਫਿਰ ਗਈ ਮੇਰੀ ਇਹ ਕਦੋਂ ਲੈਂਦੀ ਓ ਤੂੰ ਇਹ ਮੈਂ ਲੈਤੀ ਤਰੌਲੇ ਦੀ ਮੰਡੀ ਤੋਂ ਇਹ ਦੇਖੀ ਮਾੜੀ ਜੀ ਤੇਰੇ ਦਾ ਪਰਖ ਹੈ ਮਹਾ ਸਿੰਘ ਵਧੀਆ ਨੇ ਉਹ ਕੁੰਡੇ ਨੇ ਸਿੰਘ ਵਧੀਆ ਨੇ ਚੋਟੀ ਤਾਂ ਸੋਹਣੀ ਆ ਯਾਰ ਚੋਟੀ ਫਿਰ ਪੰਜ ਹਜ਼ਾਰ ਹਾਂ ਪੂਰਾ 5,000 ਰੋੜ ਦੇ ਹੋਰ 5,000 ਕਹਦਾ ਓਏ 5,000 ਦੀ ਡੀਲ ਹੋਈ ਸੀ ਆਪਣੀ ਨਾ ਤੇਰਾ ਮੂੰਹ ਸੋਹਣਾ ਓਏ ਕਿਉਂ ਮੇਰਾ ਸਾਲਿਆ ਰਿਸਕ ਤਾਂ ਸਾਰਾ ਮੈਂ ਲਿਆ ਮੂੰਹ ਬੰਨ ਕੇ ਮੋਟਰਸਾਈਕਲ ਤਾਂ ਮੈਂ ਚੱਕਿਆ ਜੇ ਫੜਿਆ ਜਾਂਦਾ ਫੇਰ ਉਹ ਫੜਿਆ ਜਾਂਦਾ ਕਹਿ ਦਿੰਦਾ ਵੀ ਮੇਰਾ ਮੋਟਰਸਾਈਕਲ ਮੈਂ ਤਾਂ ਲੈਣ ਆਇਆਗਾ ਮੈਂ ਮੰਮੀ ਭਰ ਦਿੰਦਾ ਵਿੱਚ ਐਡਾ ਕੂੜਾ ਤੇਰਾ ਪਿਆ ਹੋਣਾ ਜਿਹੜਾ ਉਹਦੀ ਮੰਨ ਜਾਂਦਾ ਨਾਲੇ ਪਾਉਂਦਾ ਤੈਨੂੰ ਮੂਧਾ ਨਾਲੇ ਪਾਉਂਦਾ ਮੈਨੂੰ ਕੱਲਾ ਮਾਰਦਾ 5,000 ਕੱਢੋ ਰ ਉਹ ਹੋਰ 5,000 ਕਹਦਾ ਪਲਾਨ ਤਾਂ ਸਾਲਾ ਸਾਰਾ ਮੇਰਾ ਹੈਗਾ ਹੋਵੇ ਫਿਰ ਪਲਾਨ ਬਾਈ ਰਿਸਕ ਤਾਂ ਮੈਂ ਲਿਆ ਮੈਨੂੰ ਨਹੀਂ ਪਤਾ 5,000 ਕੱਢਣੀ ਮੈਂ ਤੇਰੇ ਪਿਓ ਨੂੰ ਦੱਸੂ ਜਾ ਕੇ 5,000 ਨਹੀਂ ਮਿਲਦਾ ਮੈਂ ਫਿਰ ਤੇਰੇ ਪਿਓ ਕੋਲ ਜਾਣਾ ਕਿਉਂ ਤੇਰੇ ਪਿਓ ਨੂੰ ਦੱਸਦਾ ਜਾ ਕੇ ਹੈ ਨਹੀਂ ਯਾਰ ਤੂੰ ਬੰਦਾ ਖੜਾ 10 ਲੈ ਰਿਹਾ ਸੱਬੀ ਤਾਂ ਤੂੰ ਲਏਗਾ ਉਹ ਫਿਰ ਪਲਾਨ ਵੀ ਤਾਂ ਮੇਰਾ ਚੱਲ ਚੰਗਾ 2,000 ਪੈਸੇ ਕੱਢ ਦਿਮਾਗ ਜਾ ਨਾ ਖਾ ਚੱਲ ਚੰਗਾ 2,500 ਦੇ ਦੇ ਕਿੰਨਾ ਦੇਤਾ ਹੁਣ 5,000 ਦੂੰਗਾ ਤੈਨੂੰ ਪੂਰਾ ਦੇਣ ਲਾ ਬਿਲੇ ਚੜ ਜੂ ਕੰਮ ਚੰਗਾ ਫਿਰ ਮੱਲਾ ਚੰਗਾ ਪੇਪਰ ਆਉਣੇ ਆ ਤੂੰ ਸਿਆਣਾ ਬਣ ਜੀ ਮੱਲਾ ਸੂਟ ਜਿਹੜੇ ਨਵੇਂ ਸੂਟ ਪਾ ਲਈ ਚੰਗਾ 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 ਕੋਈ ਨਾ ਆਇਆ ਭਾਈ ਚੱਲ ਆਪਦੇ ਘਰੇ ਵਗ ਜੂ ਵਧੀਆ
ਮੇਰੇ 70,000 ਯਾਦ ਆਈ ਲੈ ਆ ਗਿਆ ਲੈ ਇੱਧਰ ਭਾਈ ਕੁੜੀਏ ਉੱਤਰ ਜਾ ਭਾਈ ਉੱਤਰ ਦੀਆਂ ਖੜ ਜਾ ਕੁੜੀ ਆਪਣੀ ਓਏ ਤੂੰ ਪਿੱਛੇ ਬੈਠੇ ਤੈਨੂੰ ਪਤਾ ਨੀ ਮੈਂ ਕਿਹੜਾ ਉਹਨੂੰ ਜੱਫੀ ਪਾ ਕੇ ਬੈਠਾ ਸੀ ਪਿੱਛੇ ਤੂੰ ਬਿਠਾ ਕੇ ਤਾਂ ਲੈ ਆਏਗਾ ਬੈਠੀ ਆ ਕੁੜੀ ਆਪਣੀ ਮਿੱਟੂ ਓਏ ਮੈਨੂੰ ਐਂ ਲੱਗਦਾ ਕੁੜੀ ਆਪਣੀ ਚਾਲਾਂ ਤੇ ਡਿੱਗੀ ਜਦੋਂ ਹਾਂਪਾ ਏ ਵੱਡੇ ਮੈਨੂੰ ਲੱਗਿਆ ਕੁਛ ਪਿੱਛੇ ਡਿੱਗਿਆ ਹੁੰਦਾ ਜਿਵੇਂ ਨਾਗਰੇ ਵਾਲੇ ਮੋੜ ਤੇ ਹਾਂ ਨਾਗਰੇ ਮੋੜ ਤੇ ਕੁੜੀ ਦਾ ਭਾਈ ਚਾਲਾਂ ਚ ਡਿੱਗੀ ਓਏ ਆਪਣੀ